ਪਿਛਲੇ ਸੀਜ਼ਨ ਚ ਸਰਕਾਰੀ ਚੋਲਾ ਚ 45 ਚੋਲ ਮਿਲਾ ਕੇ ਗੋਦਾਮਾ ਚ ਲਗਾਉਣ ਵਾਲੇ ਹਜ਼ਾਰਾਂ ਸ਼ੈਲਰ ਮਾਲ ਕਾਂ ਦੇ ਨਮੂਨੇ ਜਾਂਚ ਕਰਵਾਏ ਜਾਣ ਤੋਂ ਬਾਅਦ ਫੇਲ ਹੋ ਗਏ ਸਨ ਤਾਂ ਉਹਨਾਂ ਵੱਲ ਕਰੋੜਾਂ ਰੁਪਏ ਦੀਆਂ ਫਸੂਲੀਆਂ ਕੱਢ ਦਿੱਤੀਆਂ ਗਈਆਂ ਸੀ ਪਰ ਇਸ ਵਾਰ ਐਫਸੀਆਈ ਦੇ ਵੱਲੋਂ ਉਹਨਾਂ ਹਜ਼ਾਰਾਂ ਛੈਲਰ ਮਾਲਕਾਂ ਨੂੰ ਰਾਹਤ ਦਿੰਦਿਆਂ ਉਹਨਾਂ ਦੇ ਇਸ ਸੀਜ਼ਨ ਚ 45 ਚੌਲ ਮਿਲਾ ਕੇ ਸਰਕਾਰੀ ਗੋਦਾਮਾਂ ਚ ਲਗਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਵਸੂਲੀਆਂ ਪਾਉਣ ਦਾ ਛੈਲਰ ਮਾਲਕਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹਨਾਂ ਸਰਕਾਰ ਦੀ ਹਦਾਇਤ ਤੇ ਮਨਜ਼ੂਰ ਮਿਲਾਂ ਤੋਂ ਫੋਰਟੀਫਾਈਡ ਚੌਲ ਲੈ ਹਨ ਇਸ ਕਰਕੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਸਿਰਫ ਸਰਕਾਰੀ ਚੌਲਾਂ ਚ ਫੋਰਟੀਫਾਈਡ ਚੌਲ ਮਿਲਾਉਣ ਦਾ ਕੰਮ ਕੀਤਾ ਪਿਛਲੇ ਝੋਨੇ ਦੇ ਸੀਜ਼ਨਸ ਜਦੋਂ ਕਈ ਸ਼ੈਲਰ ਮਾਲਕਾਂ ਦੇ ਵੱਲੋਂ ਫੋਰਟੀਫਾਈਡ ਚੌਲ ਮਿਲੋਂ ਤੋਂ ਬਾਅਦ ਸਰਕਾਰੀ ਗੋਦਾਮਾਂ 'ਚ ਲਗਵਾਏ ਗਏ ਸੰਤਾਂ ਉਸ ਵੇਲੇ ਵੱਡੇ ਗਿਣਤੀ 'ਚ ਸ਼ੈਲਰ ਮਾਲਕਾਂ ਦੇ ਨਮੂਨੇ ਜਾਂਚ ਫੇਲ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲ ਕਰੋੜਾਂ ਰਿਆਗ ਵਸੂਲੀਆਂ ਕੱਢੀਆਂ ਗਈਆਂ ਸੀ ਜਿਸ ਨਾਲ ਸ਼ੈਲਰ ਮਾਲਕਾਂ 'ਚ ਹਾਹਾਕਾਰ ਮਚ ਗਿਆ ਸੀ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਤਵਾਚ ਨੇ ਐਫਸੀਆਈ ਦੀਆਂ ਸਾਰੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਕਿ ਪਿਛਲੇ ਸੀਜ਼ਨ 'ਚ ਕਰੀਬ 1100 ਸ਼ੈਲਨ ਮਾਲਕਾਂ ਦੇ ਨਮੂਨੇ ਫੇਰ ਹੋਣ ਤੋਂ ਬਾਅਦ ਇਹ ਵਸੂਲੀਆਂ ਦੀ ਤਲਵਾਰ ਲਟਕ ਗਈ ਸੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਕੁਰਕੀਰਤ ਕਿਰਪਾਲ ਸਿੰਘ ਦੇ ਵੱਲੋਂ ਉੱਚ ਪੱਧਰ ਤੇ ਮਸਲਾ ਉਠਾਇਆ ਜਾਣ ਤੋਂ ਬਾਅਦ ਸ਼ੈਲਨ ਮਾਲਕਾਂ ਨੂੰ ਇਹ ਰਾਹਤ ਦਿੱਤੀ ਗਈ ਹੈ ਪਿਛਲੇ ਸੀਜ਼ਨ ਚ ਸਰਕਾਰੀ ਚੋਲਾਾਂ ਚ 45 ਚੋਲ ਮਿਲਾ ਕੇ ਗੋਦਾਮਾਂ ਚ ਲਗਾਉਣ ਵਾਲੇ ਹਜ਼ਾਰਾਂ ਸ਼ੈਲਰ ਮਾਲਕਾਂ ਦੇ ਨਮੂਨੇ ਜਾਂਚ ਕਰਵਾਏ ਜਾਣ ਤੋਂ ਬਾਅਦ ਫੇਲ ਹੋ ਗਏ ਸਨ ਤਾਂ ਉਹਨਾਂ ਵੱਲ ਕਰੋੜਾਂ ਰੁਪਏ ਦੀਆਂ ਫਸੂਲੀਆਂ ਕੱਢ ਦਿੱਤੀਆਂ ਗਈਆਂ ਸੀ ਪਰ ਇਸ ਵਾਰ ਐਫਸੀਆਈ ਦੇ ਵੱਲੋਂ ਉਹਨਾਂ ਹਜ਼ਾਰਾਂ ਸ਼ੈਲਰ ਮਾਲਕਾਂ ਨੂੰ ਰਾਹਤ ਦਿੰਦਿਆਂ ਉਹਨਾਂ ਦੇ ਇਸ ਸੀਜ਼ਨ ਚ 45 ਚੋਲ ਮਿਲਾ ਕੇ ਸਰਕਾਰੀ ਗੋਦਾਮਾਂ ਚ ਲਗਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਮਸੂਲੀਆਂ ਪਾਉਣ ਦਾ ਸ਼ੈਲਰ ਮਾਲਕਾ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹਨਾਂ ਸਰਕਾਰ ਦੀ ਹਦਾਇਤ ਤੇ ਮਨਜ਼ੂਰ ਮਿਲਾਂ ਤੋਂ ਫੋਰਟੀਫਾਈਡ ਚੋਲ ਲੈਹਾਨਾ ਇਸ ਕਰਕੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਸਿਰਫ ਸਰਕਾਰੀ ਚੋਲਾਂ ਚ ਫੋਰਟੀਫਾਈਡ ਚੋਲ ਮਿਲਾਉਣ ਦਾ ਕੰਮ ਕੀਤਾ ਪਿਛਲੇ ਝੋਨੇ ਦੇ ਸੀਜ਼ਨਸ ਜਦੋਂ ਕਈ ਸ਼ੈਲਰ ਮਾਲਕਾਂ ਦੇ ਵੱਲੋਂ ਫੋਰਟੀਫਾਈਡ ਚੌਲ ਮਿਲਣ ਤੋਂ ਬਾਅਦ ਸਰਕਾਰੀ ਗੋਦਾਮਾਂ 'ਚ ਲਗਵਾਏ ਗਏ ਸੰਤਾਂ ਉਸ ਵੇਲੇ ਵੱਡੇ ਗਿਣਤੀ 'ਚ ਸ਼ੈਲਰ ਮਾਲਕਾਂ ਦੇ ਨਮੂਨੇ ਜਾਂਚ ਫੇਲ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲ ਕਰੋੜਾਂ ਰੁਪਏ ਦੀਆਂ ਵਸੂਲੀਆਂ ਕੱਢੀਆਂ ਗਈਆਂ ਸੀ ਜਿਸ ਨਾਲ ਸ਼ੈਲਰ ਮਾਲਕਾਂ 'ਚ ਹਾਹਾਕਾਰ ਮੱਚ ਗਿਆ ਸੀ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਤਵਾਚ ਨੇ ਐਫਸੀਆਈ ਦੀਆਂ ਸਾਰੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਕਿ ਪਿਛਲੇ ਸੀਜ਼ਨ 'ਚ ਕਰੀਬ 1100 ਸ਼ੈਲਨ ਮਾਲਕਾਂ ਦੇ ਨਮੂਨੇ ਫੇਲ ਹੋਣ ਤੋਂ ਬਾਅਦ ਇਹ ਵਸੂਲੀਆਂ ਦੀ ਤਲਵਾਰ ਲਟਕ ਗਈ ਸੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਕੁਰਕੀਰਤ ਕਿਰਪਾਲ ਸਿੰਘ ਦੇ ਵੱਲੋਂ ਉੱਚ ਪੱਧਰ ਦੇ ਮਸਲਾ ਉਠਾਏ ਜਾਣ ਤੋਂ ਬਾਅਦ ਸ਼ੈਲਨ ਮਾਲਕਾਂ ਨੂੰ ਇਹ ਰਾਹਤ ਦਿੱਤੀ ਗਈ ਹੈ ਇਸ ਸੀਜ਼ਨ ਚ ਸਰਕਾਰੀ ਚੋਲਾ ਚ 45 ਚੋਲ ਮਿਲਾ ਕੇ ਗੋਦਾਮਾ ਚ ਲਗਾਉਣ ਵਾਲੇ ਹਜ਼ਾਰਾਂ ਸ਼ੈਲਰ ਮਾਲਕਾਂ ਦੇ ਨਮੂਨੇ ਜਾਂਚ ਕਰਵਾਏ ਜਾਣ ਤੋਂ ਬਾਅਦ ਫੇਲ ਹੋ ਗਏ ਸਨ ਤਾਂ ਉਹਨਾਂ ਵੱਲ ਕਰੋੜਾ ਰੁਪਏ ਦੀਆਂ ਫਸੂਲੀਆਂ ਕੱਢ ਦਿੱਤੀਆਂ ਗਈਆਂ ਸੀ ਪਰ ਇਸ ਵਾਰ ਐਫਸੀਆਈ ਦੇ ਵੱਲੋਂ ਉਹਨਾਂ ਹਜ਼ਾਰਾਂ ਸ਼ੈਲਰ ਮਾਲਕਾਂ ਨੂੰ ਰਾਹਤ ਦਿੰਦਿਆਂ ਉਹਨਾਂ ਦੇ ਇਸ ਸੀਜ਼ਨ ਚ 45 ਚੋਲ ਮਿਲਾ ਕੇ ਸਰਕਾਰੀ ਗੋਦਾਮਾ ਚ ਲਗਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਮਸੂਲੀਆਂ ਪਾਉਣ ਦਾ ਸ਼ੈਲਰ ਮਾਲਕਾ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਹਨਾਂ ਸਰਕਾਰ ਦੀ ਹਦਾਇਤ ਤੇ ਮਨਜ਼ੂਰ ਮਿਲਾਂ ਤੋਂ ਫੋਰਟੀਫਾਈਡ ਚੋਲ ਲੈਹਾਨਾ ਇਸ ਕਰਕੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਸਿਰਫ ਸਰਕਾਰੀ ਚੋਲਾਂ ਚ ਫੋਰਟੀਫਾਈਡ ਚੋਲ ਮਿਲਾਉਣ ਦਾ ਕੰਮ ਕੀਤਾ ਪਿਛਲੇ ਝੋਨੇ ਦੇ ਸੀਜ਼ਨਸ ਜਦੋਂ ਕਈ ਸ਼ੈਲਰ ਮਾਲਕਾਂ ਦੇ ਵੱਲੋਂ ਫੋਰਟੀਫਾਈਡ ਚੌਲ ਮਿਲਣ ਤੋਂ ਬਾਅਦ ਸਰਕਾਰੀ ਗੋਦਾਮਾਂ 'ਚ ਲਗਵਾਏ ਗਏ ਸੰਤਾਂ ਉਸ ਵੇਲੇ ਵੱਡੇ ਗਿਣਤੀ 'ਚ ਸ਼ੈਲਰ ਮਾਲਕਾਂ ਦੇ ਨਮੂਨੇ ਜਾਂਚ ਫੇਲ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲ ਕਰੋੜਾਂ ਰਿਆਗ ਵਸੂਲੀਆਂ ਕੱਢੀਆਂ ਗਈਆਂ ਸੀ ਜਿਸ ਨਾਲ ਸ਼ੈਲਰ ਮਾਲਕਾਂ 'ਚ ਹਾਹਾਕਾਰ ਮੱਚ ਗਿਆ ਸੀ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਤਵਾਚ ਨੇ ਐਫਸੀਆਈ ਦੀਆਂ ਸਾਰੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਕਿ ਪਿਛਲੇ ਸੀਜ਼ਨ 'ਚ ਕਰੀਬ 1100 ਸ਼ੈਲਨ ਮਾਲਕਾਂ ਦੇ ਨਮੂਨੇ ਫੇਰ ਹੋਣ ਤੋਂ ਬਾਅਦ ਇਹ ਵਸੂਲੀਆਂ ਦੀ ਤਲਵਾਰ ਲਟਕ ਗਈ ਸੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਕੁਰਕੀਰਤ ਕਿਰਪਾਲ ਸਿੰਘ ਦੇ ਵੱਲੋਂ ਉੱਚ ਪੱਧਰ ਤੇ ਮਸਲਾ ਉਠਾਇਆ ਜਾਣ ਤੋਂ ਬਾਅਦ ਸ਼ੈਲਨ ਮਾਲਕਾਂ ਨੂੰ ਇਹ ਰਾਹਤ ਦਿੱਤੀ ਗਈ